खेत साडा नहीं बचा पर साडे पानी वड़ गया निके निके साडे बच्चे ने कोई सानू हाल नहीं सका समान असी चक लिया कोई किते ला गया कोई किते ला गया चारे पासे शहर नू खादा पानी दा बहुत ज्यादा बहा सत श्री अकाल दोस्तों दान म्यूट देख रहे हो तुसी मैं गुरप्रीत सिंह जिथे घग्गर दरिया लगातार पंजाब दे विच तबाही मचा रहा है उत्थे ही हुण जिहड़ा इह पानी है कल पाड़ पिया सी पूंछ मंडी तो पानी पूंछ मंडी तो हुंदा होया हुण जिहड़ा सरदूलगढ़ है उत्थे पहुंचना शुरू हो गया तुहानू तस्वीरां दिखा दिंदे आ कि जिहड़ा पानी है किस कदर ਘਰਾਂ ਦੇ ਵਿੱਚ ਵੜਨ ਦੇ ਲਈ ਤਿਆਰ ਆ ਫਸਲਾਂ ਨੂੰ ਤਬਾਹ ਕਰ ਚੁੱਕਿਆ ਹੈ ਜਿਹੜਾ ਪਾਣੀ ਦਾ ਪੱਧਰ ਹੈ ਉਹ 5 ਤੋਂ 6 ਫੁੱਟ ਹੈ ਤੇ ਹਰ ਪਾਸੇ ਲੋਕ ਨੇ ਜਿਹੜੇ ਪਾਣੀ ਤੋਂ ਬਚਾਅ ਕਰਨ ਦੇ ਵਿੱਚ ਲੱਗੇ ਹੋਏ ਨੇ ਘਰਾਂ ਨੂੰ ਬੰਨ ਵਾਰ ਰਹੇ ਨੇ ਤੇ ਕੁਝ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਵੜ ਵੀ ਚੁੱਕਿਆ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਬਲਵਿੰਦਰ ਸਿੰਘ ਆੜਪੀਆ ਜੀ ਬਲਵਿੰਦਰ ਜੀ ਕਿਵੇਂ ਦੇਖਦੇ ਹੋ ਜਿਹੜਾ ਪਾਣੀ ਦਾ ਪੱਧਰ ਆ ਉਹ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਬਹੁਤ ਪਾਣੀ ਦਾ ਕੁਦਰਤੀ ਕਹਿਰ ਆ ਬਹੁਤ ਲੋਕਾਂ ਨੇ ਮਿਹਨਤ ਕਰਕੇ ਆ ਬਹੁਤ ਜਦੋਂ ਜਦ ਹੋ ਰਿਹਾ ਪਾਣੀ ਨਾਲ ਲੜਾਈ ਲੜਦੇ ਆ ਪਰ ਪਾਣੀ ਉੱਤੋਂ ਨਹੀਂ ਪੈ ਗਿਆ ਪਾਣੀ ਦਾ ਇੰਨਾ ਦਬਾਅ ਹੋ ਗਿਆ ਚਾਰੇ ਪਾਸੇ ਸ਼ਹਿਰ ਨੂੰ ਖਾਦਾ ਪਾਣੀ ਦਾ ਬਹੁਤ ਜ਼ਿਆਦਾ ਵਹਾ ਪਾਣੀ ਘਟਣਾ ਨਾ ਹੀ ਲੈਂਦਾ ਵਾਧਾ ਪਿੱਛੇ ਕਹਿੰਦੇ ਸਾਨੂੰ ਵੀ ਘਟ ਗਿਆ ਬਿਲਕੁਲ ਨਹੀਂ ਪਾਣੀ ਘਟਿਆ ਕਿੰਨੇ ਕੁ ਲੋਕ ਨੇ ਜਿਹੜੇ ਪਾਣੀ ਦੇ ਵਿੱਚ ਫਸੇ ਹੋਏ ਨੇ ਪਾਣੀ ਲੋਕ ਸਾਡਾ ਅੱਧਾ ਸ਼ਹਿਰ ਵਿੱਚ ਫਸ ਗਿਆ ਪਾਣੀ 'ਚ ਇੱਕ ਸਾਈਡ 'ਤੇ ਜਿਹੜੀ ਸਾਰੀ ਉਹ ਪਾਣੀ ਦੇ ਵਿੱਚ ਆ ਗਿਆ ਸਾਰਾ ਪਾਣੀ ਦੇ ਵਿੱਚ ਆ ਲੋਕਾਂ ਨੂੰ ਕੋਈ ਪ੍ਰਬੰਧ ਨਹੀਂ ਇਹਨਾਂ ਨੂੰ ਲੋਕਾਂ ਨੂੰ ਬਹੁਤ ਮੁਸ਼ਕਿਲ ਦੀ ਹੱਲ ਹੋ ਰਿਹਾ ਬਹੁਤ ਮੁਸ਼ਕਿਲ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਗਈ ਜਾਂ ਆਰਮੀ ਪਹੁੰਚੀ ਹੋਈ ਹੈ ਆਰਮੀ ਪਹੁੰਚੀ ਹੈ ਬਿਲਕੁਲ ਪਹੁੰਚੀ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਪੂਰੇ ਨਾਲ ਗੱਲ ਕਰ ਮੁਸ਼ਕਿਲ ਇਹ ਵੀ ਪਾਣੀ ਦਾ ਕਹਿਰ ਜ਼ਿਆਦਾ ਹੋ ਰਿਹਾ ਪਾਣੀ ਦੀ ਕੁਦਰਤੀ ਮਾਰ ਆ ਕੁਦਰਤੀ ਕਰਕੇ ਕਹਿਰ ਜ਼ਿਆਦਾ ਆ ਰਿਹਾ ਪਾਣੀ ਦਾ ਕੋਈ ਪਾਣੀ ਨੇ ਸਾਨੂੰ ਕੋਈ ਰਾਹਤ ਨਹੀਂ ਪਾਣੀ ਨਹੀਂ ਦਿੰਦਾ ਜਿਹੜੇ ਪਾਸੇ ਦੇਖ ਰਿਹਾ ਇੱਧਰ ਜਾਂਦਾ ਪਾਣੀ ਉੱਧਰ ਉੱਧਰ ਪਾਣੀ ਚਾਰ ਸਪੇਰੀ ਪਸ਼ੂ ਸਾਰਾ ਅਸੀਂ ਕੱਢ ਲਿਆ ਸਮਾਨ ਅਸੀਂ ਚੱਕ ਲਿਆ ਕੋਈ ਕਿਤੇ ਲੈ ਗਿਆ ਕੋਈ ਕਿਤੇ ਲੈ ਗਿਆ ਸਾਨੂੰ ਸੰਸਥਾ ਨੇ ਬਹੁਤ ਥਾਵਾਂ ਤੇ ਰਹਿਣ ਦਾ ਪ੍ਰਬੰਧ ਕਰਿਆ ਪਰ ਉਹ ਵੀ ਵਿਚਾਰੇ ਪੂਰਾ ਨਹੀਂ ਆ ਸਕਦਾ ਵੀ ਇੰਨਾ ਲੋਕਾਂ ਨੇ ਘਰਾਂ ਚੋਂ ਸਮਾਨ ਚੱਕਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਘਰ ਦੀਆਂ ਛੱਤਾਂ ਦੇ ਉੱਪਰ ਰਹਿਣ ਦੇ ਲਈ ਮਜਬੂਰ ਨੇ ਮਾਤਾ ਜੀ ਕੀ ਹਾਲਾਤ ਨੇ ਜਿਹੜਾ ਪਾਣੀ ਨੇ ਚਾਰੇ ਪਾਸੋਂ ਘਰ ਨੂੰ ਘੇਰ ਲਿਆ ਹਾਲ ਹੀ ਹੈ ਬਾਈ ਬੁਰਾ ਹਾਲ ਹੈ ਸਾਡਾ ਕੋਈ ਹਾਲ ਨਹੀਂ ਹੈਗਾ ਚਾਰ ਸਪੇਰ ਹੀ ਪਾਣੀ ਪਾਣੀ ਹੈ ਸੱਜੀ ਗੱਲ ਖੇਤ ਸਾਡਾ ਨਹੀਂ ਬਚਿਆ ਘਰ ਸਾਡੇ ਪਾਣੀ ਵੜ ਗਿਆ ਨਿੱਕੇ ਨਿੱਕੇ ਸਾਡੇ ਬੱਚੇ ਨੇ ਕੋਈ ਸਾਨੂੰ ਹਾਲ ਨਹੀਂ ਸਾਡਾ ਸੱਜੀ ਗੱਲ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਨਿੱਕੇ ਘਰ ਦੇ ਵਿੱਚ ਜੋ ਮੌਤਾਂ ਹੋ ਗਈਆਂ ਨਿੱਕੇ ਨਿੱਕੇ ਬੱਚੇ ਹੈ ਨਾ ਕਿਹੜੀ ਚੀਜ਼ ਨਹੀਂ ਸਾਨੂੰ ਚਾਹੀਦੀ ਘਰ ਦੇ ਵਿੱਚ ਕੋਈ ਬੁਰਾ ਹਾਲ ਹੈ ਕਿੰਨਾ ਕੁ ਪਾਣੀ ਹੈ ਮਾਤਾ ਘਰ ਦੇ ਵਿੱਚ ਜਿਹੜਾ ਦਾਖਲ ਹੋ ਚੁੱਕਿਆ ਹੈਗਾ ਤੇ ਕੌਣ ਕੌਣ ਪਰਿਵਾਰ ਦੇ ਵਿੱਚ ਬੱਚੇ ਕਿੱਥੇ ਭੇਜੇ ਨੇ ਬੱਚੇ ਹੈ ਜੀ ਤੇ ਇੱਕ ਮੇਰੇ ਨੂੰਹ ਹੈ ਇੱਕ ਮੇਰੇ ਮੁੰਡਾ ਆਹ ਇੱਕ ਮਾਇਆ ਬਸ ਆ ਗਈਆਂ ਨੇ ਇਸ ਘਰ ਦੇ ਵਿੱਚ ਕੋਈ ਸਾਡੇ ਕੋਈ ਹੋਰ ਹੈ ਨਹੀਂਗਾ ਨਿੱਕੇ ਨਿੱਕੇ ਬੱਚੇ ਨਾਲ ਅਸੀਂ ਕਿਤੇ ਇੱਥੇ ਫਿਰਦਾ ਵਿਚਾਰੇ ਕੁਵਾਰ ਹੋ ਜਾਏਗਾ ਕਿੰਨਾ ਕੁ ਔਖਾ ਹੋ ਜਾਂਦਾ ਮਾਤਾ ਜਦੋਂ ਥੋੜੇ ਥੋੜੇ ਪੈਸੇ ਜੋੜ ਕੇ ਬੰਦਾ ਘਰ ਪਾਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਕੁਦਰਤ ਦੀ ਮਾਰ ਪੈਂਦੀ ਆ ਬਹੁਤ ਔਖਾ ਜੀ ਬਹੁਤ ਔਖਾ ਹੋਰ ਨਾ ਠੇਕੇ ਦੀ ਜ਼ਮੀਨ ਨਾਲ ਰਹਿ ਕੇ ਜੀ ਬੁਰਾ ਹਾਲ ਹੋ ਗਿਆ ਜਵਾਕਾਂ ਦੀ ਪੜ੍ਹਾਈ ਦਾ ਵੀ ਖਰਚਾ ਨੀ ਕੋਈ ਨੀ ਆ ਬੈਠੇ ਜਵਾਕਾਂ ਨੂੰ ਪੜ੍ਹਾ ਵਰਗੇ ਹੋਏ ਲੋਕ ਹੈ ਨੀ ਕੋਈ ਸਾਧਨ ਨੀ ਦੇਗਾ ਕੀ ਕਰਕੇ ਸਾਂਝੇ ਵਿਚਾਰੇ ਕੋਈ ਜ਼ਮੀਨ ਸਾਡੇ ਕੋਲ ਹੋਵੇ ਫਿਰ ਵੀ ਉਹਨਾਂ ਵਿੱਚ ਜਾਇਜ਼ ਕੋਈ ਠੇਕੇ ਸਿਰ ਦੇਣਗੇ ਤਾਂ 55-70 ਹਜ਼ਾਰ ਨੂੰ ਕੋਈ ਕਿੰਨੇ ਠੇਕਾ ਲੈਂਦਾ ਕੋਈ ਹਾਰ ਨੀ ਹੈਗਾ ਹੁਣ ਠੇਕੇ ਠੇਕਾ ਮੰਗੂਗਾ ਦੇਵਾਂਗੇ ਇੱਥੋਂ ਫਸਲਾਂ ਡੁੱਬ ਗਈਆਂ ਠੇਕੇ ਤੇ ਲੈਂਦੇ ਸੀ ਸਾਰੀਆਂ ਫਸਲਾਂ ਮਰ ਗਈਆਂ ਸਾਡੇ ਕੋਲ ਕੁਛ ਨੀ ਜੀ ਹੱਥ ਜਿਹੜਾ ਪਾਣੀ ਦਾ ਪੱਧਰ ਆ ਉਹ ਲਗਾਤਾਰ ਵਧਦਾ ਜਾ ਰਿਹਾ ਜਿਹੜੇ ਲੋਕ ਨੇ ਆਪੋ ਲੱਗੇ ਹੋਏ ਨੇ ਘਰਾਂ ਨੂੰ ਬੰਨ ਲਾਉਣ ਦੇ ਲਈ ਤਾਂ ਜੋ ਬਚਾਅ ਹੋ ਸਕੇ ਪਾਣੀ ਹਾਂਜੀ ਜੋ ਤਾਂ ਸਭ ਲਾਈ ਜਾਂਦੇ ਆ ਜੀ ਅਸੀਂ ਕਿਸੇ ਲੋਟ ਵੀ ਪਾਣੀ ਦਾ ਹੋਵੇ ਪਰ ਜੀ ਸਾਨੂੰ ਲੱਗਦਾ ਨੀ ਵੀ ਪਾਣੀ ਮਾੜਾ ਮੋਟਾ ਹੋਵੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਇਹੀ ਕਰਦੇ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਸਾਡਾ ਫਸਲਾਂ ਵੀ ਮਰ ਗਈਆਂ ਸਾਡੇ ਕੋਲ ਤਾਂ ਕੁਛ ਨਹੀਂ ਭੁੱਖੇ ਮਰਨ ਨਾਲ ਚੱਲਣ ਕੋਈ ਸਾਡੀ ਸਹਾਇਤਾ ਕੀਤੀ ਜਾਵੇ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਦਾ ਪੱਧਰ ਆ ਉਹ ਲਗਾਤਾਰ ਵਧਦਾ ਜਾ ਰਿਹਾ ਜਿਹੜਾ ਸਰਦੂਲਗੜ੍ਹ ਸ਼ਹਿਰ ਆ ਉਹ ਚਾਰੇ ਪਾਸੋਂ ਪਾਣੀ ਦੇ ਨਾਲ ਘਿਰ ਚੁੱਕਿਆ ਹੈਗਾ ਤੇ ਜਿਹੜਾ ਪਾਣੀ ਉਹ ਸ਼ਹਿਰ ਦੇ ਵਿੱਚ ਜਾਣ ਦੇ ਲਈ ਤਿਆਰ ਹੈ ਉੱਥੇ ਹੀ ਬੰਨ ਮਾਰ ਕੇ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਗਿਆ ਤਾਂ ਜੋ ਸ਼ਹਿਰ ਦੇ ਵਿੱਚ ਪਾਣੀ ਨਾ ਵੜੇ ਤੇ ਜਿਹੜੇ ਪਾਣੀ ਤੋਂ ਬਚਾਅ ਹੋ ਸਕੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਦੋਂ ਜਿਹੜਾ ਪਾਣੀ ਦਾ ਕਹਿਰ ਹੈ ਉਹ ਘਟਦਾ ਕਦੋਂ ਲੈਵਲ ਇਸ ਦਾ ਘਟਦਾ ਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਦਾ ਅਨਮਿਊਟ ਗੁਰਪ੍ਰੀਤ ਸਿੰਘ ਮਾਨਸਾ